पंजाब विच आम आदमी पार्टी का ग्राफ दिनों दिन थले डिगदा जा रहा है, जिसका अंदाजा अज जिला संगरूर दे हलका दड़बा विच हुई आम आदमी पार्टी की रैली विचों लगाया जा सकता सी। जिला संगरूर विच ए रैली बिल्कुल फ्लॉप साबित हो के रह गई। गौरतलब है कि पहला पंजाब दे नौजवानों विच बहुत उत्साह सी, लेकिन दिल्ली सरकार दीयां गलत नीतियां दे चलदे लोग इस पार्टी तो किनारा कर रहे हैं। हुण आम आदमी पार्टी दीयां रैलियां विच भीड़ जुटण दी जगह पंडाल खाली नजर आउण लग पए हन। जदों श्री मुक्तसर साहिब विच तीन रैलियां कैंसल करन बारे इस मौके भगवंत मान तो पुछया गया तां उन्हां कहा कि प्रशासन ने मैनूं कहा सी कि तुहाडी जान नूं खतरा है, इस लई रैलियां कैंसल कर दित्तियां गईयां सन। जदों दिल्ली दे लोकां दे जन लोकपाल बिल बारे पुछया गया तां उन्हां उत्थों जवाब देण दी बजाए खिसकणा ही मुनासिब समझिया। ਉਹ ਪ੍ਰਸ਼ਾਸਨ ਕਹਿੰਦਾ ਤੂੰ ਇੱਥੇ ਹੰਗਾਮਾ ਹੋ ਜਾਊਗਾ, ਕਹਿੰਦੇ ਇੱਥੇ ਬੰਦੇ ਵਰ ਸਕਦੇ ਨੇ, ਤੁਹਾਡੀ ਜਾਨ ਨੂੰ ਵੀ ਖਤਰਾ ਹੋ, ਮੇਰੀ ਜਾਨ ਨੂੰ ਕਿਹਾ ਉਹਨਾਂ ਨੇ ਕਿ ਤੁਸੀਂ ਆਏ ਹੋ, ਮੈਂ ਤੁਹਾਨੂੰ ਐਡਵਾਈਸ ਕਰਦੇ ਹਾਂ ਤੇ ਬਲੋਟ ਉਹਨਾਂ ਨੇ ਹਮਲਾ ਕੀਤਾ ਹੈ। ਜਿਹਨਾਂ ਨੇ ਹਮਲਾ ਕੀਤਾ ਉਹਨਾਂ ਤੇ ਕੋਈ ਪਰਚਾ ਨਹੀਂ ਕੀਤਾ, ਸਾਡੇ ਵਲੰਟੀਅਰ ਤੇ 307 ਲਾਤੀ। ਸਰ ਜਿਹੜਾ ਦਿੱਲੀ ਦੇ ਵਿੱਚ ਸਰਕਾਰ ਬਣਾਈ ਸੀ ਉਹ ਜਨ ਲੋਕਪਾਲ ਬਿੱਲ ਨੂੰ ਲੈ ਕੇ ਬਣਾਈ ਸੀ, ਉਹ 2 ਸਾਲ ਹੋਣ ਨਾਲ ਜਨ ਲੋਕਪਾਲ ਤੇ ਡਰਾਫਟਿੰਗ ਚੱਲ ਰਹੀ ਹੈ ਦਿੱਲੀ ਸਰਕਾਰ ਨਾਲ। ਕੋਈ ਸਵਾਰਥ ਕੋਈ ਬੰਦਾ ਸਵਾਰਥੀ ਹੋਊਗਾ ਤਾਂ ਉਹ ਵਿਰੋਧ ਕਰਦਾ ਹੋਊਗਾ, ਨਹੀਂ ਆਮ ਆਦਮੀ ਜਿਹੜਾ ਆਮ ਆਦਮੀ ਦਾ ਵਰਕਰ ਆ ਆਮ ਆਦਮੀ ਆ ਉਹ ਕੋਈ ਵਿਰੋਧ ਨਹੀਂ ਕਰ ਰਿਹਾ। ਤੁਸੀਂ ਇਸ ਪਾਰਟੀ ਦੇ ਵਿੱਚ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ? ਮੈਂ ਪਿਛਲੇ 1 ਸਾਲ ਤੋਂ ਪਾਰਟੀ ਵਿੱਚ ਕੰਮ ਕਰ ਰਿਹਾ। ਜਿਹੜੀ ਦਿੱਲੀ ਦੇ ਵਿੱਚ ਸਰਕਾਰ ਬਣੀ ਸੀ ਉਦੋਂ ਇਸ ਤਰ੍ਹਾਂ ਬਣੀ ਸੀ ਵੀ ਜਿਹੜੀ ਇੱਕ ਹਫ਼ਤੇ ਦੇ ਵਿੱਚ ਜਨ ਲੋਕਪਾਲ ਬਿੱਲ ਲੈ ਕੇ ਆਵੇਗੀ, ਕੀ ਕਦੇ ਤੁਸੀਂ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਸਾਲ ਦੇ ਵਿੱਚ ਵੀ ਸਰ ਵੀ ਜਿਹੜਾ ਇਹ ਕੰਮ ਹੈਗਾ ਅਧੂਰਾ ਪਿਆ ਹੈ? ਨਹੀਂ, ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਵਿੱਚ ਗੱਲ ਚੱਲ ਰਹੀ ਹੈ, ਤਿਆਰੀ ਕੀਤੀ ਜਾ ਰਹੀ ਹੈ ਕਿ ਜਨ ਲੋਕਪਾਲ, ਕਿਉਂਕਿ ਜਨ ਲੋਕਪਾਲ ਦਾ ਮਤਲਬ ਹੈ ਜਨ ਜਨ ਤੋਂ ਸਲਾਹ ਲੈ ਕੇ, ਉਹਦੇ ਲਈ ਅਸੀਂ ਲੁਕਣ ਮੀਟਿੰਗਾਂ ਸਵਰਾਜ ਅਸੀਂ ਲੈ ਰਹੇ ਹਾਂਗੇ। ਨਹੀਂ, ਇੱਕ ਹਫ਼ਤੇ ਦੇ ਵਿੱਚ ਉਦੋਂ ਗੱਲ ਕੀਤੀ ਗਈ ਸੀ, ਉਦੋਂ ਕੁਰਸੀ ਵੀ ਇਸੇ ਕਰਕੇ ਛੱਡੀ ਗਈ ਸੀ, ਦੁਬਾਰਾ ਇਲੈਕਸ਼ਨ ਵੀ ਇਸੇ ਤਰ੍ਹਾਂ ਹੀ ਹੋਈ ਸੀ? ਨਹੀਂ, ਇਸ ਮੁੱਦੇ ਤੇ ਕੁਰਸੀ ਨਹੀਂ ਛੱਡੀ ਗਈ ਸੀ, ਭ੍ਰਿਸ਼ਟਾਚਾਰ ਦੇ ਮੁੱਦੇ ਤੇ ਛੱਡੀ ਗਈ ਕੁਰਸੀ, ਜਿਹੜੀ ਇਹ ਜਿਹੜੀ ਏਜੰਸੀ ਸੀ ਉਹ ਲੈ ਲਈ ਸੀ ਤਾਂ ਅਸੀਂ ਛੱਡੀ ਸੀਗੀ ਪਾਰਟੀ ਨੇ। ਤੁਹਾਨੂੰ ਕੁਛ ਇਹ ਜਾਣਕਾਰੀ ਹੈਗੀ ਵੀ ਜਿਹੜੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਕੰਮ ਕਰੇ ਹੋਣ ਕਿਹੜੇ ਕਿਹੜੇ ਕੰਮ ਕੀਤੇ ਨੇ, ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੇ? ਸਭ ਤੋਂ ਪਹਿਲਾਂ ਵੱਡਾ ਵਾਅਦਾ ਜਿਹੜਾ ਹੈਗਾ ਸੀ ਕੀਤਾ ਸੀ ਐਜੂਕੇਸ਼ਨ, ਸਿੱਖਿਆ ਦਾ ਸੁਧਾਰ ਦਾ। ਸਿੱਖਿਆ ਦਾ ਸੁਧਾਰ ਲਗਾਤਾਰ ਜਾਰੀ ਹੈ, ਕੰਟੀਨਿਊ ਚੱਲ ਰਿਹਾ। ਹੈਲਥ ਦਾ ਸੁਧਾਰ ਹੋ ਰਿਹਾ ਹੈਗਾ। ਦੂਸਰਾ ਹੈਗਾ ਪਾਣੀ ਦੀ ਸਪਲਾਈ ਦੀ ਗੱਲ ਸੀ, ਬਿਜਲੀ ਸਪਲਾਈ ਦੀ ਗੱਲ ਸੀ, ਸਾਰੀਆਂ ਬਿਲਕੁਲ ਲਾਗੂ ਹੋ ਗਈਆਂ ਜਿਹੜੀ ਚਾਰ ਚੀਜ਼ਾਂ। ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।